चर्चा सत श्री अकाल जी, प्रोग्राम चर्चा दे विच तुहाडा स्वागत। प्यारे दर्शको, अखबारां दे विच सुर्खियां ने कि केंद्र वल्लों पंजाब दी जिहड़ी कर्जा लैण दी हद हुंदी है उहदे विच 18,000 करोड़ दी जिहड़ी है कटौती करती। कहा यह जा रहा है कि कोई भी सूबा जिहड़ा है वो किन्ना कर्जा लै सकदा, वो लै सकदा जिन्ना उहदा घरेलू उत्पाद हुंदा है उहदा 3%, जानी कि पंजाब दे कोल 39,000 करोड़ दी कर्जा लैण दी कैपेसिटी सी जां हद सी। हुण जदों कटौती होगी तां इह 21,000 करोड़ रहेगी। पहले ही पंजाब कोल तां पैसा नहीं, संकट जिहड़ा आर्थिक संकट तां पहले ही नजर आ रहा है। ਤੇ ਕੱਲੀ ਇਹੀ ਕਟੌਤੀ ਨਹੀਂ, ਹੋਰ ਵੀ ਕਈ ਪੱਖਾਂ ਤੋਂ ਇਹ ਆਮ ਆਦਮੀ ਕਲੀਨਿਕ ਨੇ ਕੱਲੇ ਜਿਹੜੇ ਬਿਜਲੀ ਦੇ ਬਿੱਲ ਉਹ ਜ਼ੀਰੋ ਨਹੀਂ ਕੀਤੇ, ਹੋਰ ਵੀ ਕਈ ਗੱਲਾਂ ਐਸੀਆਂ ਕੀਤੀਆਂ ਜਿਹਦੇ 'ਚ ਬਹੁਤ ਸਾਰੇ ਪੈਸੇ ਦੀ ਲੋੜ ਹੈ, ਫੰਡਸ ਦੀ ਲੋੜ ਹੈ। ਤੇ ਫੰਡ ਜਿਹੜੇ ਨੇ ਉਹ ਰੋਕੇ ਜਾ ਰਹੇ ਨੇ ਜਾਂ ਨਿਯਮਾਂ ਅਨੁਸਾਰ ਨਹੀਂ ਵਰਤੇ ਗਏ, ਇਸ ਕਰਕੇ ਰੋਕੇ ਜਾ ਰਹੇ ਨੇ। ਜਿਵੇਂ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ ਸੀ, ਉਹਨਾਂ ਨੂੰ ਜਿਹੜਾ ਹੈ ਬਣਾ ਦਿੱਤਾ ਗਿਆ ਆਮ ਆਦਮੀ ਕਲੀਨਿਕ, ਤੇ ਉਹਨਾਂ ਤੇ ਆਮ ਆਦਮੀ ਕਲੀਨਿਕ ਤੇ ਮਾਨ ਸਾਹਿਬ ਦੀ ਲਾਤੀ ਫੋਟੋ, ਤੇ ਕੇਂਦਰ ਨੇ ਇਸ ਤੋਂ ਜਿਹੜਾ ਹੈ ਹੈਲਥ ਮਿਸ਼ਨ ਦਾ ਜਿਹੜਾ ਪੈਸਾ ਉਹ ਰੋਕ ਲਿਆ, ਇਹ ਤਕਰੀਬਨ 800 ਕਰੋੜ ਦਾ। ਔਰ ਇਸੇ ਤਰੀਕੇ ਨਾਲ ਆਪਾਂ ਦੇਖਿਆ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ, ਜਦੋਂ ਕੈਪਟਨ ਸਾਹਿਬ ਨੇ ਕਰਜ਼ਾ ਜਿਹੜਾ ਵਾਅਦਾ ਕੀਤਾ ਸੀ ਕਿਸਾਨਾਂ ਨੂੰ ਕਿ ਅਸੀਂ ਤੁਹਾਡਾ ਕਰਜ਼ਾ ਉਤਾਰਾਂਗੇ, ਤੇ ਕੰਮ ਕਿਸੇ ਹੋਰ ਲਈ ਸੈਂਟਰ ਨੇ ਦਿੱਤਾ, ਵਰਤ ਕਿਤੇ ਹੋਰ ਲਿਆ। ਹਾਲਾਂਕਿ ਆਮ ਆਦਮੀ ਪਾਰਟੀ ਜਦੋਂ ਆਈ ਉਹਨਾਂ ਨੇ ਇਹ ਵੀ ਕੀਤਾ, ਅਮੈਂਡਮੈਂਟ ਵੀ ਲਿਆਂਦੀ, ਲੇਕਿਨ 4,000 ਕਰੋੜ ਉਹ ਰੁਕਿਆ ਹੋਇਆ। ਹੋਰ ਵੀ ਕਈ ਜਿਹੜੇ ਫੰਡ ਨੇ ਉਹ ਰੁਕੇ ਨੇ ਜਾਂ ਰੁਕੇ ਜਾ ਰਹੇ ਨੇ ਜਾਂ ਨਿਯਮਾਂ ਅਨੁਸਾਰ ਨਾ ਵਰਤਣ ਕਰ ਰੁਕੇ ਗਏ ਨੇ। ਮਤਲਬ ਕਿਤੇ ਇਹ ਤਾਂ ਨਹੀਂ ਜਿਵੇਂ GST ਦਾ ਪਹਿਲਾਂ ਮੁਆਵਜ਼ਾ ਮਿਲਦਾ ਸੀ ਉਹ ਵੀ ਬੰਦ ਹੋ ਗਿਆ। ਯਾਨੀ ਬਹੁਤ ਪਾਸਿਓਂ ਘੇਰਾ ਪੈ ਰਿਹਾ। ਜਿਵੇਂ ਅਸੀਂ ਅੱਜ ਗੱਲ ਕੀਤੀ ਹੈ ਨਾ, ਆਰਥਿਕ ਨਾਕਾਬੰਦੀ ਉਹ ਲੱਗਦਾ ਜਿਵੇਂ ਹੋ ਰਹੀ ਹੈ, ਇਹਦੇ ਲਈ ਜ਼ਿੰਮੇਵਾਰੀ ਤਾਂ ਲੱਭਣੀ ਪਏਗੀ ਕਿ ਕਿਤੇ ਆਮ ਆਦਮੀ ਪਾਰਟੀ ਨੇ ਜਿਹੜੀ ਟਕਰਾਓ ਦੀ ਸਥਿਤੀ ਬਣਾਈ ਹੈ ਉਸ ਕਰਕੇ ਹੈ, ਨਿਯਮਾਂ ਅਨੁਸਾਰ ਨਹੀਂ ਵਰਤਿਆ ਜਾਂਦਾ ਜਿਹੜੇ ਜਿੱਥੇ ਫੰਡ ਵਰਤਣੇ ਚਾਹੀਦੇ ਨੇ ਉਹ ਉਸ ਤਰ੍ਹਾਂ ਨਹੀਂ ਵਰਤੇ ਜਾ ਰਹੇ, ਇਸ ਕਰਕੇ ਹੋ ਰਿਹਾ। ਬਹੁਤ ਸਾਰੇ ਸਵਾਲ ਨੇ ਕਿ ਇਹਦਾ ਕੀ ਅਸਰ ਹੋਏਗਾ, ਕੀ ਸੱਚਮੁੱਚ ਕਿਤੇ ਵਿੱਤੀ ਐਮਰਜੈਂਸੀ ਵੱਲ ਨੂੰ ਤਾਂ ਨਹੀਂ ਵੱਧ ਰਹੇ ਅਸੀਂ, ਕਿਉਂਕਿ ਹਾਲੇ ਬਹੁਤ ਸਾਰੀਆਂ ਸਕੀਮਾਂ ਤੇ ਗਰੰਟੀਆਂ ਲਾਗੂ ਕਰਨੀਆਂ ਸੀ। ਪੈਸਾ ਜਿਹੜਾ ਹੈ ਵਿਕਾਸ ਲਈ ਤਾਂ ਬਿਲਕੁਲ ਹੀ, ਡਿਵੈਲਪਮੈਂਟ ਲਈ ਨਹੀਂ, ਤੇ ਕਿਉਂਕਿ ਕਰਜ਼ਾ ਵੀ ਮੋੜਨਾ ਹੈ ਤੇ ਕਰਜ਼ੇ ਦੇ ਮੋੜਨ ਚ ਬਹੁਤ ਸਾਰਾ ਪੈਸਾ ਚਲਿਆ ਜਾਂਦਾ। ਤੇ ਹੁਣ ਤਾਂ ਜਿਹੜਾ 21,000 ਕਰੋੜ ਰਹਿ ਗਿਆ, ਪਹਿਲਾਂ ਤਾਂ ਚਲੋ ਫਿਰ ਵੀ 18,000 ਕਰੋੜ ਦਾ ਜਿਹੜਾ ਘਾਟਾ ਕਿੱਥੋਂ ਪੂਰਾ ਹੋਊਗਾ। ਬਹੁਤ ਸਾਰੇ ਸਵਾਲ ਨੇ, ਇਹਨਾਂ ਸਵਾਲਾਂ ਤੇ ਚਰਚਾ ਕਰਨ ਲਈ ਅੱਜ ਅਸੀਂ ਜਿਹੜੇ ਹੈ ਮਹਿਮਾਨ ਉਹ ਬੁਲਾਏ ਨੇ ਜਿਹੜੇ ਇਹ ਜਿਹੜੇ ਆਰਥਿਕ ਮਾਹਰ ਨੇ ਤੇ ਜਿਹੜੇ ਇੱਥੋਂ ਕੁਛ ਚੰਗੀਆਂ ਸਲਾਹਾਂ ਸਰਕਾਰ ਨੂੰ ਦੇ ਸਕਦੇ ਨੇ। ਮੈਂ ਤੁਹਾਡਾ ਉਹਨਾਂ ਨਾਲ ਤਾਰਫ ਕਰਾਉਣਾ ਹੈ। ਸਾਡੇ ਨਾਲ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਸਾਹਿਬ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਸੇਵਾ ਮੁਕਤ ਹੋਏ ਨੇ ਔਰ ਉੱਘੇ ਅਰਥ ਸ਼ਾਸਤਰੀ ਨੇ। ਸਾਡੇ ਨਾਲ ਸ਼ਾਮਲ ਨੇ ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ। ਸੰਧੂ ਸਾਹਿਬ ਭਾਵੇਂ ਪੰਜਾਬੀ ਦੇ ਪ੍ਰੋਫੈਸਰ ਨੇ ਔਰ ਡੀਨ ਜਿਹੜੇ ਮੁਖੀ ਨੇ ਇੱਕ ਵੱਡੇ ਵਿਭਾਗ ਦੇ ਪੰਜਾਬੀ ਯੂਨੀਵਰਸਿਟੀ ਦੇ, ਔਰ ਕੈਲਗਰੀ ਤੋਂ ਜਿਹੜਾ ਅਖਬਾਰ ਨਿਕਲਦਾ ਹੈ ਪੰਜਾਬ ਹੈਰੀਟੇਜ ਉਹਦੇ ਐਡੀਟਰ ਨੇ, ਔਰ ਇਕਨੋਮਿਕਸ ਦੇ ਵੀ ਉਹ ਵਿਦਿਆਰਥੀ ਰਹੇ ਨੇ। ਤੇ ਇਸੇ ਤਰ੍ਹਾਂ ਸਾਡੇ ਨਾਲ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਨੇ, ਆਲੋਚਕ ਨੇ, ਚਿੰਤਕ ਨੇ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡੀਨ ਦੇ ਤੌਰ ਤੇ ਕੰਮ ਕਰ ਰਹੇ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਪ੍ਰੋਫੈਸਰ ਘੁੰਮਣ, ਕਿਉਂਕਿ ਇਹ ਵਿਸ਼ਾ ਤੁਹਾਡਾ ਹੈ ਤੇ ਸਾਡੀ ਇੱਛਾ ਇਹ ਹੈ ਕਿ ਅਸੀਂ ਜੇ ਸੱਚਮੁੱਚ ਹੀ ਅਸੀਂ ਵਿੱਤੀ ਸੰਕਟ ਵੱਲ ਵੱਧ ਰਹੇ ਹਾਂ, ਜਿਸ ਤਰ੍ਹਾਂ ਦੇ ਸੰਕੇਤ
मीडिया च आ रहे ने की ये सही ने की पंजाब की जिहड़ी नाकाबंदी हो रही है जानबुझ के हो रही है जां उहदे लई मान सरकार भी जिम्मेवार है। बहुत सारे सवाल ने जिहड़े लोग पुछदे ने जिहड़े तुहाडे तों जानण दी लोग इच्छा रखदे ने की कहोगे? वाले साहब ऐदा है कि जिहड़ा वित्तीय संकट है पंजाब दा ये दो दहाकियां तो चल रहा है रादर ढाई दहाकियां तो जिहड़ी इस वेले मौजूदा आम आदमी पार्टी की सरकार है उन्हूं ये दहेज च मिलिया वित्तीय संकट एक तो ये समझण वाली गल है। दूजा यह है कि जदों दे ये आम आदमी पार्टी अपनी पावर च आई है सत्ता च आई है तो इन्होंने भी कोई ऐसा रोड मैप तैयार नहीं किया जिहदे नाल वित्तीय संकट का कोई हल हो सके सगों वित्तीय संकट विच वाधा कर रहे ने ते करजा लैके अपना रोजमर्रा का काम चला रहे ने। एक तो यह मैं कहना सी। दूजी गल जिहड़ी तुसी कहा कि केंद्र वालों आर्थिक नाकाबंदी वित्तीय संकट पंजाब ते वधाया जा रहा है वह काफ़ी हद तक ठीक है। उहदे विच पंजाब भी भाईवाल है ते केंद्र वालों भी किसी ना किसी रूप च पंजाब की ते कुछ होर स्टेटां की बांह मरोड़ी जा रही है खास करके जिहड़े नॉन बीजेपी सरकारां ने जिथे उथे जिहड़ा मसला हुण तुरंत आया कल अखबारां च छाया होया परसों ये केंद्र वालों किया गया वो ये है कि पंजाब केरला ते हिमाचल उहदे उत्ते जिहड़ा ये बंदिश लाई गई है कि तुसी एक विशेष हद तो बाद करजा नहीं लै सकते। पंजाब के कंटेक्स्ट आप गल करिए 18,000 करोड़ घटा दिता है करजा। इस तो पहला मैं थानू एक गल जरूर थोड़े ध्यान च लियाना चाहवागा कि यह मसला जिहड़ा सिकंजा कसण वाला ये कुछ महीनों तो पहला भी चल रहा है। जे आप हुण दी गल करिए जो कणक की खरीद होनी सी ते कैश क्रेडिट लिमिट दे विच ये मैनशन हुंदा कि किन्ना RDF है किन्ना कमीशन एजेंटां दा हैगा किन्ना उहदे विच तुहाडा मंडी फीस होएगी पर इहदे विच जिहड़ा CCLI है अपना लेटेस्ट कणक की खरीद विच उहदे विच RDF दा बिल्कुल जिक्र नहीं किया गया। नंबर एक। नंबर दो, आढ़तियां दा जिहड़ा कमीशन है वह 2.5% तो 2% नहीं किया गया सगो उक्का पुक्का 40,000 जिहड़ा वह प्रति मैनू हुण एग्जैक्ट फिगर मैनू लैट मी रिकोलैक्ट उक्का पुक्का कर दिता गया। इस तरह केंद्र के कुछ होर इतराज सन वो इतराज यह सी कि पिछले 2-3 सालों तो खास करके पंजाब सरकार ने जिहड़ा यूटिलाइजेशन सर्टिफिकेट है वरतों सर्टिफिकेट है RDF का वह नहीं दिता और मैं जिक्र करना चाहांगा कि RDF पंजाब के रूरल डिवेलपमेंट वास्ते बहुत इंपॉर्टेंट है। इंपॉर्टेंट इन द सेंस कि कोई 3,000 करोड़ रुपया जिहड़ा वह इकट्ठा हुंदा है RDF राही फिर मंडी फीस भी है सो मंडी फीस से भी कट लाई गई इन्होंने घटाया भी है क्योंकि केंद्र का इतराज से कि 8.5% पंजाब खर्चा पा रहा है जदों के बाकी स्टेटा च एक कट है। पंजाब ने जिहड़ा तुसी विशेष जिक्र किया है वह है कि फिस्कल मैनेजमेंट एक्ट जिहड़ा उहदे विच भी सोध कर ली है केंद्र की गल मन भी ली है कि भाई ठीक है जदों उन्होंने कंडीशन लाई कि तुसी 3% की बजाय 3.5% करजा लै सकते हो GDP का तो वह पंजाब ने मन लिया पर हुण जिहड़ा एक होर टुचर डाई है केंद्र ने वह है कि नवी पेंशन स्कीम की थां पुरानी पेंशन स्कीम जिहड़ी है वह पंजाब ने लागू करन दा फैसला किया है तो उहदे विच पंजाब 3,000 करोड़ तो वध दा जिहड़ा जिहड़ा सेंट्रल पेंशन डिवेलपमेंट रेगुलेटरी अथॉरिटी है उहनूं कंट्रीब्यूट करदा है। केंद्र नूं इह खदशा है कि वह फिर पंजाब वापस मंगेगा। पंजाब ने यह क्लीयर भी कर दिता कि असीं उह वापस नहीं मंगदे। त्राशदी यह है कि पहली गल तां GST करके जिहड़ा वित्तीय जिहड़े अटोनमी है वह स्टेटां दी लै ली हुण जो मैं तो हैरान हाँ कि यह जो नवी पेंशन स्कीम 2004 च लागू हुई है स्टेटा ने मन क्यों ली जे मनी भी है तो यह केंद्र नूं सारा अपनी दाड़ी क्यों फड़ा दिती क्योंकि केंद्र दे ये करता है कि भाई जिन्हें करनी कर लो जिन्हें नहीं करनी ना करो जिन्हें करनी अपने को डिवेलपमेंट फंड क्रिएट करो तो अपने हिसाब न इनवैसट करो तो सारा कुछ ये हो गया। इस तरह जिहड़े तुहाडे खेती कानून उन्हां राहीं भी अटानमी एक लैनी चाहते थे वो नहीं हुई सो ये सारा कुछ मैनू लगता कि
ਵਿਕੇਂਦਰੀਕਰਨ ਵੱਲ ਜਾ ਰਿਹਾ ਇੱਕ ਫੈਕਟਰ ਜਿਹੜਾ ਇੱਕ ਫੈਕਟਰ ਘੁੰਮਣ ਸਾਹਿਬ ਇੱਕ ਹੋਰ ਫੈਕਟਰ ਤੇ ਵੀ ਤੁਹਾਡੀ ਟਿੱਪਣੀ ਕਿ ਜਿਹੜੇ ਜ਼ੀਰੋ ਬਿੱਲ ਕੀਤੇ ਨੇ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਵੇਂ ਆਮ ਆਦਮੀ ਕਲੀਨਿਕ ਇਹਦਾ ਵੀ ਕੋਈ ਫਰਕ ਪਿਆ ਇਹ ਸੰਕਟ ਵੱਲ ਨੂੰ ਜਿਹੜੇ ਸੰਕੇਤ ਨੇ ਸੈਂਟਰ ਨੇ ਕੀਤਾ ਹੈਗਾ ਕਿ ਅਸੀਂ ਆਯੁਸ਼ਮਾਨ ਹੈਲਥ ਐਂਡ ਵੈਲਨੈਸ ਜਿਹੜੀਆਂ ਕਲੀਨਿਕਸ ਨੇ ਉਹ ਖੋਲਣ ਲਈ ਪੈਸਾ ਦੇ ਰਹੇ ਹਾਂ ਅੰਡਰ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਹੈ ਠੀਕ ਹੈ ਇਹਨਾਂ ਨੇ ਉਹਦੀ ਜਗ੍ਹਾ ਆਪਣਾ ਬੋਰਡ ਲਾ ਲਿਆ ਕਿ ਆਮ ਆਦਮੀ ਕਲੀਨਿਕ ਬਣਾ ਦਿੱਤੀ ਮੈਂ ਪਰਸਨਲੀ ਆਮ ਆਦਮੀ ਕਲੀਨਿਕ ਦੇ ਉਲਟ ਕਿਸੇ ਵੀ ਇਸ ਤਰ੍ਹਾਂ ਦਾ ਨਾਂ ਬਦਲਣ ਦੇ ਨਾਲ ਕੋਈ ਡਿਵੈਲਪਮੈਂਟ ਨਹੀਂ ਹੁੰਦੀ ਕੋਈ ਸਹੂਲਤ ਕ੍ਰੀਏਟ ਨਹੀਂ ਹੁੰਦੀ ਇਹਦੇ ਨਾਲ ਹੋਇਆ ਹੀ ਆਮ ਆਦਮੀ ਪਾਰਟੀ ਦੇ ਇੱਕ ਤਾਂ ਸੈਂਟਰ ਦਾ ਆਬਜੈਕਸ਼ਨ ਲਿਆ ਇੱਕ ਜਿਹੜਾ ਤੁਹਾਡਾ ਸਟੇਟ ਦਾ ਹੈਲਥ ਸੈਕਟਰ ਹੈ ਉਹਨੂੰ ਢਾਹ ਲੱਗੀ ਹੈ ਉਹ ਜਿਹੜੀਆਂ ਕੁਛ ਪੁਰਾਣੀਆਂ ਡਿਸਪੈਂਸਰੀਆਂ ਠੀਕ ਉਹਨੂੰ ਠੀਕ ਕਰਨ ਦੀ ਬਜਾਏ ਉਧਰੋਂ ਕੋਈ ਦਵਾਈ ਬਿਲਡਿੰਗਾਂ ਸ਼ਿਫਟ ਕਰ ਲਈਆਂ ਕੋਈ ਡਾਕਟਰ ਸ਼ਿਫਟ ਕਰ ਲਏ ਕੋਈ ਨੋਨ ਪੈਰਾਮੈਡੀਕਲ ਸਟਾਫ ਸ਼ਿਫਟ ਕਰ ਲਿਆ ਮੈਂ ਤਾਂ ਇਸ ਹੱਕ ਚ ਕਿ ਸਟੇਟ ਨੂੰ ਚਾਹੀਦਾ ਕਿ ਲੱਗਦੇ ਵਾਏ ਜਿੱਥੇ ਬੱਚਤ ਹੋ ਸਕਦੀ ਹੈ ਉਹ ਕਿਉਂ ਪੰਗਾ ਲੈਣਾ ਪਰ ਜਿੱਥੇ ਸਟੇਟਾਂ ਦੀ ਅਟਾਨਮੀ ਨੇ ਉੱਥੇ ਪੰਗਾ ਲਓ ਇਹ ਤਾਂ ਜਾਣ ਬੁੱਝ ਕੇ ਆਪਣਾ ਕਰ ਰਹੇ ਨੇ ਕਿ ਲੋੜ ਕੀ ਹੈ ਕਿ ਜੇ ਤੁਸੀਂ ਮਹੱਲਾ ਕਲੀਨਿਕਾਂ ਖੋਲਣੀਆਂ ਨੇ ਤੇ ਆਪਣੇ ਬੋਲ ਵਰਤੇ ਤੇ ਖੋਲੋ ਫਿਰ ਉਹਨਾਂ ਨੂੰ ਇਤਰਾਜ਼ ਇਹ ਵੀ ਹੈ ਕਿ ਸੀਐਮ ਦੀ ਫੋਟੋ ਲੱਗੀ ਹੈ ਹਾਲਾਂਕਿ ਪੀਐਮ ਦੀ ਫੋਟੋ ਜਿੱਥੇ ਮਰਜ਼ੀ ਲੱਗ ਜਾਂਦੀ ਹੈ ਪੀਐਮ ਦੀ ਫੋਟੋ ਕੋਰਟ ਦੇ ਵਿੱਚ ਤੁਹਾਡੇ ਉਹ ਸਰਟੀਫਿਕੇਟਾਂ ਤੇ ਵੀ ਲੱਗ ਗਈ ਸੀ ਉਹ ਬਾਅਦ ਚ ਚਲੋ ਲੱਥ ਗਈ ਸੋ ਇਹ ਜਿਹੜੇ ਕੁਝ ਇਤਰਾਜ਼ ਨੇ ਇਹ ਖਾਸ ਕਰਕੇ ਜਿਹੜੇ ਨੌਂ ਬਸ ਇੱਕ ਸਵਾਲ ਕਿਉਂਕਿ ਫਿਰ ਆਪਾਂ ਬ੍ਰੇਕ ਤੇ ਜਾਣਾ ਹੈ ਘੁੰਮਣ ਸਾਹਿਬ ਲਾਸਟ ਸਵਾਲ ਤੁਹਾਨੂੰ ਇਸ ਸੈਗਮੈਂਟ ਦਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਹੀ ਹੋ ਰਿਹਾ ਹੈ ਉਹਦੇ ਚ ਕਿੰਨਾ ਕੁ ਸੱਚ ਹੈ ਕਿ ਜਾਣ ਬੁੱਝ ਕੇ ਨਾਕਾਬੰਦੀ ਹੋ ਰਹੀ ਹੈ ਦੇਖੋ ਏਦਾਂ ਹੈ ਕਿ ਕੁਝ ਤਾਂ ਇਹ ਕਲੀਅਰ ਹੀ ਹੈ ਕਿ ਗੈਰ ਭਾਜਪੀ ਜਿੱਥੇ ਸਰਕਾਰਾਂ ਨੇ ਤਿੰਨੇ ਸਰਕਾਰਾਂ ਗੈਰ ਭਾਜਪੀ ਨੇ ਕੇਰਲਾ ਪੰਜਾਬ ਤੇ ਹਿਮਾਚਲ ਦਿੱਲੀ ਵਾਲਾ ਜਿਹੜਾ ਆਰਡੀਨੈਂਸ ਉਹ ਵੀ ਇਸੇ ਚ ਜੋੜ ਲਓ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਰਕਮੈਂਸ਼ਨ ਕੀਤਾ ਹੈ ਸੋ ਇਹ ਇਹ ਤਾਂ ਕਲੀਅਰ ਹੈ ਪਰ ਕੁਝ ਸਟੇਟਾਂ ਕੁਛ ਆਪਣੇ ਆਪ ਹੈਂਡਲ ਵੀ ਦੇ ਰਹੀਆਂ ਨੇ ਕਿ ਹੁਣ ਜੇ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਰੂਰਲ ਡਿਵੈਲਪਮੈਂਟ ਫੰਡ ਦਾ ਸਰਟੀਫਿਕੇਟ ਕਿਉਂ ਨਹੀਂ ਇਸ਼ੂ ਕਰ ਰਹੇ ਤਾਂ ਉਹ ਦੇਣਾ ਚਾਹੀਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਪਰ ਮੈਂ ਜਿੱਥੋਂ ਤੱਕ ਨਵੀਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਉਹਦੇ ਨਾਲ ਮੈਂ ਕੇਂਦਰ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਹਰ ਸਟੇਟ ਦੀ ਮਰਜ਼ੀ ਹੈ ਉਹ ਜਿਹੜੀ ਮਰਜ਼ੀ ਪੈਨਸ਼ਨ ਦੇਵੇ ਜਿਹੜੀ ਮਰਜ਼ੀ ਨਾ ਦੇਵੇ ਸੋ ਇਹ ਸਿਲਸਿਲਾ ਜਿਹੜਾ ਉਸ ਐਂਗਲ ਤੋਂ ਦੇਖਣ ਦੀ ਲੋੜ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਇਹਦੇ ਚ ਪਿਆਰੇ ਦਰਸ਼ਕੋ ਇੱਕ ਜਿਵੇਂ ਘੁੰਮਣ ਸਾਹਿਬ ਨੇ ਦੱਸਿਆ ਪਰ ਉਹਦੇ ਚ ਇੱਕ ਗੱਲ ਵੀ ਤਾਂ ਇਹ ਵੀ ਹੈ ਨਾ ਜਿਸ ਕੰਮ ਲਈ ਪੈਸਾ ਆਉਂਦਾ ਹੈ ਜਿਸ ਹੈੱਡ ਦੇ ਵਿੱਚ ਪੈਸਾ ਆਉਂਦਾ ਹੈ ਉੱਥੇ ਖਰਚਣਾ ਚਾਹੀਦਾ ਹੈ ਤੇ ਇਹ ਵੀ ਹੋਇਆ ਹੈ ਬਹੁਤ ਵਾਰ ਜਿਵੇਂ ਨੈਸ਼ਨਲ ਹੈਲਥ ਸਕੀਮ ਦੇ ਪੈਸੇ ਦੀ ਗੱਲ ਹੈ ਜਾਂ ਆਰਡੀਐਫ ਦੇ ਜਿਹੜਾ ਹੈ ਯੂਟੀਲਾਈਜੇਸ਼ਨ ਸਰਟੀਫਿਕੇਟ ਦੇਣ ਦੀ ਗੱਲ ਹੈ ਜਾਂ ਹੋਰ ਬਹੁਤ ਪਰ ਹੈ ਪਰ ਗੱਲ ਤਾਂ ਇੱਕ ਇਹ ਹੈ ਕਿ ਅਸੀਂ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਕੇਂਦਰ ਤੇ ਅੱਜ ਕੱਲ੍ਹ ਸੂਬੇ ਜਿਹੜੇ ਨਿਰਭਰ ਕਰਦੇ ਨੇ ਜੀਐਸਟੀ ਦੇ ਆਉਣ ਤੋਂ ਬਾਅਦ ਤਾਂ ਹੁਣ ਤਾਂ ਜੀਐਸਟੀ ਦਾ ਪੈਸਾ ਵੀ ਨਹੀਂ ਮਿਲਣਾ ਜਿਹੜਾ ਅੱਗੇ ਮੁਆਵਜ਼ਾ ਜਿਹਨੂੰ ਕਹਿ ਦਿੰਦੇ ਸੀ ਉਹ ਮਿਲਣਾ ਸੀ ਉਹ ਵੀ ਨਹੀਂ ਮਿਲਣਾ ਕੀ ਸੱਚਮੁੱਚੀ ਅਸੀਂ ਇਹ ਜਿਹੜਾ ਸੰਕਟ ਹੈ ਚਲੋ ਮੰਨ ਲੈਂਦੇ ਹਾਂ ਡਾਕਟਰ ਘੁੰਮਣ ਦੀ ਗੱਲ ਆਪਾਂ ਕਿ 2.5 ਜਿਹੜੇ ਹੈ ਦਹਾਕਿਆਂ ਤੋਂ ਚੱਲ ਰਿਹਾ ਪਰ ਅਸੀਂ ਇਹ ਕਹਿ ਲੈਂਦੇ ਹਾਂ ਕਿ ਸੰਕਟ ਜਿਹੜਾ ਗਹਿਰਾ ਹੋ ਰਿਹਾ ਤੇ ਇਸ ਨਾਕਾਬੰਦੀ ਤੋਂ ਬਾਅਦ ਤਾਂ ਹੋਰ ਵੀ ਗਹਿਰਾਏਗਾ ਸੰਕਟ ਔਰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਗਰੰਟੀਆਂ ਜਾਂ ਜਿਹਨਾਂ ਬਾਰੇ ਉਹਨਾਂ ਨੂੰ ਵਾਰ ਵਾਰ ਕਿਹਾ ਜਾਂਦਾ ਹੈ ਕਿ ਕਿੱਥੇ ਹੈ ਜੀ ਤੁਹਾਡਾ 1,000 ਰੁਪਇਆ ਉਹ ਕਿੱਥੋਂ ਦੇਣਗੇ ਤੇ ਇੱਕ ਹੋਰ ਵੀ ਨੁਕਤਾ ਹੈ ਜਿਹੜਾ ਅਗਲੇ ਹਿੱਸੇ 'ਚ ਵੀ ਆਪਾਂ ਡਿਸਕਸ ਕਰਨਾ ਹੈ ਉਹ ਇਹ ਹੈ ਕਿ ਸਟੇਟ ਆਪਣੇ ਕੁਛ ਇਸ ਤਰ੍ਹਾਂ ਦੇ ਹੀਲੇ ਕਰ ਰਹੀ ਹੈ ਆਰਥਿਕਤਾ ਨੂੰ ਬਚਾਉਣ ਲਈ ਜਾਂ ਪੈਸਾ ਪੈਦਾ ਕਰਨ ਲਈ ਇਹ ਤੇ ਗੱਲ ਕਰਾਂਗੇ ਲੇਕਿਨ ਇੱਕ ਬ੍ਰੇਕ ਤੋਂ ਬਾਅਦ ਹੁਣ ਲੈਣੇ ਇੱਕ ਬ੍ਰੇਕ ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਡਾਕਟਰ ਸਤਰਾਮ ਸਿੰਘ ਸੰਧੂ ਸਾਹਿਬ ਕੀ ਲੱਗ ਕੀ ਰਿਹਾ ਘੁੰਮਣ ਸਾਹਿਬ ਨੇ ਇੱਕ ਗਰਾਊਂਡ ਇੱਕ ਆਧਾਰ ਸਾਨੂੰ ਦਿੱਤਾ ਵੀ ਇਸ ਤਰ੍ਹਾਂ ਹੋ ਰਿਹਾ ਲੇਕਿਨ ਗੱਲਾਂ ਅਸੀਂ ਇਹ ਸਾਡਾ ਮੀਡੀਆ ਦੇ ਵਿੱਚ ਤਾਂ ਇਹੀ ਹੁੰਦਾ ਜਿਹੜੇ ਲੋਕਾਂ ਦੇ ਸਵਾਲ ਨੇ ਉਹਨਾਂ ਦੇ ਜਵਾਬ ਦੇਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਲੋਕਾਂ ਦੇ ਸਵਾਲ ਇਸ ਕਿਸਮ ਦੇ ਨੇ
जे चल भी रहा है इहदे च आम आदमी पार्टी किन्नी क जुम्मेवार है जां उहनूं करना की चाहिए। पहले तो आप जुम्मेवारी तय करिए, जिवें घुम्मण साहब मणदे ने कि जिथे गैर भाजपाई ने वो सूबे, शायद इसे करके बार बार मोदी साहब ते उन्हां दे जिहड़े बाकी मंत्री जां बंदे ने वो ये कह रहे ने जी डबल इंजन की सरकार। इहदा मतलब एक खास किस्म का लालच है भी जे सूबे दे विच सरकार साडी नहीं होवे तां ते फंड रोकांगे। इहदा मतलब तां इह निकल रहा है जे अर्थ कढ़ने होण। संधू साहब किवें देखदे हो सारी गलबात? वालिया साहब, जिहड़ा ये सारा मसला है, इस नूं असीं सेंटर स्टेट रिलेशन दे तहत देख सकते हैं। घुम्मण साहब ने जिहड़ा आर्थिक पक्ष है उस तों गल स्पष्ट कीती है। इत्थे मैनूं ये लगता है कि बीजेपी ते आम आदमी पार्टी सरकार दी गल नहीं है। जदों तों लंबे अरसे तों, कई दहाकियां तों, भावें कांग्रेस दी सरकार केंद्र विच रही होवे, भावें अज बीजेपी दी है, वो लगातार कोशिश ये करदियां कि हर पक्ष तों जिहड़ा सूबा है उसकी नाकेबंदी की जाए। तो वह नाकेबंदी करते 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 हुण हालात प्राइवेटाइजेशन ते लिबरलाइजेशन तो बाद इहोजे बन गए है कि केंद्र ने हौली हौली बहुत सारे आर्थिक वसीले है उन्होंने सीधे रूप के कब्जा कर लिया। हर गल नूं पहलां इस तरीके नाल दिखाया जांदा है कि वह शायद ज़्यादा सौखा हो जूगा। एक समय तो यह कहा गया कि असी इको टैक्स प्रणाली करांगे जिहदे नाल जिहड़ा भी कोई ट्रक जां कोई गुड एंड सर्विसेज नूं लैके आउणगे तां उहनां नूं रस्ते च चुंगी नहीं देनी पऊगी। इह लारा ला के शहरां दीआं चुंगियां नूं खत्म करता। अग्गे जदों चुंगी हुंदी सी तां GST जां हुण वांगू जिहड़ा लोन है केंद्र तों लैण दी बजाए हर शहर नूं अपनियां चुंगियां तों आमदनी हुंदी सी तां जिहड़ी शहर दी डिवेलपमेंट है उस पैसे तों हो जांदी सी। टेढ़े ढंग नाल बहाना ला के वह सारे का सारा पैसा जिहड़ा केंद्र कोल चलिया गया। इसे तरीके नाल मैं एजुकेशन की गल करदा, मैं बहुत छोटे छोटे सैक्टर की गल करदा कि किवें एक राज नूं नपीड़िया जांदा है। जदों एजुकेशन दे विच कुछ सेंटर दीयां एजेंसियां बनाईयां गईयां जिन्हां दे विच AICT, UGC, डिस्टेंस एजुकेशन ब्यूरो, पहलां उन्हां ने कहा कि तुसीं सानूं सिर्फ अपनी एवैल्यूएशन भेजो, 4-5 साल, 10 साल, 1 दहाका, 2 दहाका तुहाडे तों कल्ले पेपर मंगदे गए। हुण ईवन दिन अटोनोमस यूनीवर्सिटियां नूं कहा जांदा है कि जे तुसीं अपने कोर्स अप्रूव कराउणे आ तां सानूं पर कोर्स इन्ने हजार इन्ने लख रुपए जमा करवाओ। मेरा कहण तों भाव यह है कि केंद्र सरकार ने जिहड़ियां स्कॉलरशिप दीयां ग्रांटां, जिहड़ियां UGC दीयां विशेष ग्रांटां एजुकेशन नूं, जिहड़ियां विशेष ग्रांटां स्टेट नूं, जिहड़ियां विशेष ग्रांटां साडी किसानी नूं जां साडी इंप्लॉयमेंट नूं जां साडी इत्थे इंप्लॉयमेंट जनरेशन वास्ते इंडस्ट्री नूं देणियां सी, उह एक एक करके सारियां खत्म करनियां शुरू कीतियां। ते सीधे तौर ते जिहड़ा सारा टैक्स है जिहदे विच स्टेट दा भी हिस्सा हुंदा उह अपने कोले लै जांदे है। रही गल यूटिलाइजेशन दी, मैनूं लगदा है कि जे सारी यूटिलाइजेशन भी पंजाब वल्लों भेजी हुंदी तां भी शायद हालात इहदे नालों बाले वक्खरे नहीं होणे सी। इह टेढे ढंग नाल दी कानून है उहनां नूं लागू करन वल पुट्टिया गया इक कदम है। जे इस नूं होर स्पष्ट करन दी मैं कोशिश करां, जे अडानी जिहदे उपर पिछे जे बड़ी वड्डी रिपोर्ट आई सी, उसने जाली इनफ्लेशन दिखा के अपनी कंपनी दी लोन लै उस ਉਸਨੂੰ ਲੋਨ ਸਰਕਾਰੀ ਬੈਂਕ SBI LIC ਦੇ ਸਕਦੀਆਂ, ਤਾਂ ਇੱਕ ਸੂਬਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਦਾ ਹਿੱਸਾ ਹੈ ਉਸ ਨੂੰ ਦੇਣ ਵੇਲੇ ਕਹਿੰਦੇ ਆ ਕਿ ਤੁਹਾਡੇ ਰਿਸੋਰਸ ਹੈ ਜਿਹੜੇ ਕਾਫੀ ਨਹੀਂ ਹੈ, ਤੁਹਾਨੂੰ ਨਹੀਂ ਦਿੱਤੇ ਜਾਣਗੇ। ਹੁਣ ਬੁਨਿਆਦੀ ਤੌਰ ਤੇ ਵਿਹਾਰਕ ਤੌਰ ਤੇ ਹੋਊਗਾ ਕੀ, ਜੇ ਸਟੇਟ ਗਵਰਨਮੈਂਟ ਨੂੰ ਅਨਾਜ ਖਰੀਦਣ ਵਾਸਤੇ ਪੈਸੇ ਦੀ ਕਮੀ ਪਊਗੀ ਤਾਂ ਪੈਰਲਲ ਜਿਹੜੇ ਗਡਾਊਨ ਬਣ ਚੁੱਕੇ ਹੈ, ਪ੍ਰਾਈਵੇਟ ਇੰਟਰਪ੍ਰਨਿਓਰ ਹੈ ਜਿਹੜੇ ਜਿਹੜੇ ਪਹਿਲਾਂ ਹੀ ਅਨਾਜ ਤੇ ਅੱਖ ਰੱਖੀ ਬੈਠੇ ਹੈ, ਉਹਨਾਂ ਨੇ ਆ ਕੇ ਕਹਿਣਾ ਕਿ ਰਾਜ ਦਾ ਪੈਸਾ ਤੁਹਾਨੂੰ ਮਿਲਣਾ ਨਹੀਂ, ਸਾਡੇ ਕੋਲੇ ਆ ਕੇ ਵੇਚੋ, ਅਸੀਂ ਨਕਦ ਭੁਗਤਾਨ ਕਰਾਂਗੇ। 2 ਵਾਰ, 3 ਵਾਰ, 4 ਵਾਰ ਭੁਗਤਾਨ ਕਰਕੇ ਜਿਸ ਗੱਲ ਦਾ ਖਦਸ਼ਾ ਸੀ, ਕਾਨੂੰਨ ਨੂੰ ਰੋਕਣ ਵਾਸਤੇ ਜ਼ੋਰ ਲਾਇਆ ਸੀ, ਉਹ ਟੇਢੇ ਢੰਗ ਨਾਲ ਹੁਣ ਜੇ ਸੰਘੀ ਘੁੱਟੀ ਗਈ ਆਰਥਿਕ ਤੌਰ ਤੇ ਸਟੇਟ ਦੀ ਤਾਂ ਉਹ ਲਾਗੂ ਹੋ ਜਾਊਗਾ। ਦੂਸਰੇ ਪਾਸੇ ਇਹ ਗੱਲ ਹੈ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਕੇਂਦਰੀ ਫੋਰਸ ਲੱਗੀਆਂ, ਸੁਰੱਖਿਆ ਦਾ ਖਤਰਾ ਹੋਇਆ ਜਿਹੜੀ ਕਿਸੇ ਨਾ ਕਿਸੇ ਤੌਰ ਤੇ ਕੇਂਦਰ ਦੀ ਜ਼ਿੰਮੇਵਾਰੀ ਹੈ, ਉਦੋਂ ਤੋਂ ਪੰਜਾਬ ਦੇ ਵਿੱਚ ਸਿਰ ਕਰਜ਼ਾ ਜਿਹੜਾ ਚੜ੍ਹਨਾ ਸ਼ੁਰੂ ਹੋ ਗਿਆ। ਬਿਲਕੁਲ ਇਹ ਗੱਲ ਠੀਕ ਹੈ ਕਿ ਜਿੱਥੇ ਇਹਨਾਂ ਦੀਆਂ ਲਾਈਕ ਮਾਈਂਡਡ ਜਾਂ ਡਬਲ ਇੰਜਨ ਵਾਲੀਆਂ ਸਰਕਾਰਾਂ ਨਹੀਂ ਹੁੰਦੀਆਂ ਉਸ ਰਾਜ ਨੂੰ ਨਾ ਤਾਂ ਕੋਈ ਵੱਡੀ ਸਨਅਤ ਦੀ, ਪੰਜਾਬ ਦੇ ਵਿੱਚ ਲਾਸਟ ਸਨਅਤ ਕੋਈ ਲੰਬੇ ਸਮਾਂ ਹੋ ਗਿਆ ਜਿਹੜੀ ਸਕੀ ਕਿ ਕੋਈ ਆਈ ਹੋਵੇ। ਹਾਂ ਇਹ ਜ਼ਰੂਰ ਹੈ ਕਿ ਪੰਜਾਬ ਦੀ ਬਹੁਤ ਸਾਰੀ ਸਨਅਤ ਹੈ ਜਿਹੜੀ ਉਹ ਪੰਜਾਬ ਤੋਂ ਬਾਹਰ ਜ਼ਰੂਰ ਚਲੀ ਗਈ ਹੈ। ਇਸ ਲਈ ਮੈਨੂੰ ਇਹ ਲੱਗਦਾ ਕਿ ਕਿਸੇ ਵੀ ਸਰਕਾਰ ਨੂੰ ਆਪਾਂ ਸਿੱਧੇ ਸ਼ਬਦਾਂ ਵਿੱਚ ਕਹੀਏ ਫੇਲ ਕਰਨ ਵਾਸਤੇ ਜਾਂ ਉਸ ਨੂੰ ਨਾ
ਚਲਾਉਣ ਵਾਸਤੇ ਇਸ ਕਿਸਮ ਦਾ ਜਾਂਦਾ ਹੈ। ਇੱਕ ਸਾਰੀਆਂ ਹੀ ਸਰਕਾਰਾਂ ਭਾਵੇਂ ਉਹ ਬੀਜੇਪੀ ਦੀ ਹੈ ਭਾਵੇਂ ਆਮ ਆਦਮੀ ਦੀ ਹੈ, ਉਹਨਾਂ ਦਾ ਇੱਕ ਸਾਂਝਾ ਤੱਤ ਹੈ, ਇੱਕੋ ਹੀ ਗੱਲ ਖਤਮ। ਉਹ ਸਾਂਝਾ ਤੱਤ ਇਹ ਹੈ ਕਿ ਸਾਰੀਆਂ ਸਰਕਾਰਾਂ ਥੋੜੀ ਇੱਕ ਗੱਲ ਚੋਂ ਸਵਾਲ ਨਿਕਲਿਆ, ਉਹ ਵੀ ਕਲੈਰੀਫਾਈ ਦੇ ਦਈਏ ਕਰ ਦਈਏ ਜੀ। ਤੁਸੀਂ ਕਿਹਾ ਜਦੋਂ ਪੈਰਾਮਿਲਟਰੀ ਫੋਰਸਿਸ ਆਉਂਦੀਆਂ ਨੇ ਤੇ ਉਹਦੇ ਨਾਲ ਕਰਜ਼ਾ ਵੱਧ ਹੈ, ਤੇ ਪੈਰਾਮਿਲਟਰੀ ਫੋਰਸ ਤਾਂ ਫਿਰ ਮਾਨ ਸਾਹਿਬ ਖੁਦ ਜਾ ਕੇ ਮੰਗਾ ਕੇ ਲਿਆਏ ਨੇ ਵੀ ਆਓ ਸਾਨੂੰ ਭੇਜੋ ਅਮਿਤ ਸ਼ਾਹ ਜੀ, ਫਿਰ ਅਸੀਂ ਕਿਵੇਂ ਬਰੀ ਕਰਾਂਗੇ ਸਟੇਟ ਗਵਰਨਮੈਂਟ ਨੂੰ? ਇਹ ਮੈਂ ਟਿੱਪਣੀ ਚਾਹੁੰਦਾ ਸੀ। ਬਿਲਕੁਲ, ਇਸ ਤੇ ਵੀ ਟਿੱਪਣੀ ਇਹ ਕਰਦੇ ਹਾਂ, ਮਿਲਟਰੀ ਫੋਰਸ ਇੱਕ ਵਾਰੀ ਹੁਣ ਆਈ ਹੈ, ਬਿਲਕੁਲ ਇਹਦਾ ਵੀ ਖਰਚਾ ਵਧਿਆ ਹੋਊਗਾ ਜੇ ਬੁਲਾ ਕੇ ਲਿਆਏ ਹੈ। ਮੈਂ ਇੱਥੇ ਦੋਵੇਂ ਸਰਕਾਰਾਂ ਦੀ ਗੱਲ ਕਰਨੀ ਚਾਹੁੰਦਾ ਹਾਂ, ਭਾਵੇਂ ਉਹ ਪਹਿਲੀ ਸਾਡੇ ਬਾਦਲ ਸਾਹਿਬ ਦੀ ਸਰਕਾਰ ਸੀ, ਕੈਪਟਨ ਸਾਹਿਬ ਦੀ ਸਰਕਾਰ ਸੀ, ਜਾਂ ਹੁਣ ਮਾਨ ਸਾਹਿਬ ਹੈ। ਇਹਨਾਂ ਸਾਰੀਆਂ ਸਰਕਾਰਾਂ ਦੇ ਵੋਟਾਂ ਲੈਣ ਸਮੇਂ ਜਾਂ ਮੈਨੀਫੈਸਟੋ ਦੇ ਵਿੱਚ ਕਿਹਾ ਜਾਂਦਾ ਸੀ ਕਿ ਅਸੀਂ ਵਿਅਕਤੀਵਾਦ ਨੂੰ ਬੜਾਵਾ ਨਹੀਂ ਦੇਵਾਂਗੇ, ਲੋਕਾਂ ਦਾ ਪੈਸਾ, ਟੈਕਸ ਦਾ ਪੈਸਾ, ਪੈਸਾ ਭਾਵੇਂ ਉਹ ਕੇਂਦਰ ਦੇ ਵਿੱਚ ਹੈ ਭਾਵੇਂ ਰਾਜ ਦੇ ਵਿੱਚ ਹੈ, ਉਹਦਾ ਪ੍ਰਚਾਰ ਪਾਰਟੀਆਂ ਆਪਣੇ ਪ੍ਰਾਪੋਗੰਡੇ ਲਈ, ਆਪਣੇ ਲੀਡਰਾਂ ਦੀ ਫੋਟੋ ਲਾਉਣ ਲਈ, ਮੈਨੀ ਇੰਪਲੀਮੈਂਟ ਕਰਨ ਲਈ ਕਰਦੀਆਂ। ਬਿਲਕੁਲ ਠੀਕ, ਪਹਿਲਾਂ ਟਿੱਪਣੀ ਹੋਈ ਹੈ ਕਿ ਜੇ ਸਾਡੀਆਂ ਡਿਸਪੈਂਸਰੀਆਂ ਸੰਵਾਰੀਆਂ ਜਾ ਸਕਦੀਆਂ ਸੀ ਤਾਂ ਫਿਰ ਇਹ ਪੈਵਰਟ ਕਰਨ ਦੀ ਕਿਉਂ ਲੋੜ? ਬਹੁਤ ਸਾਰਾ ਉਹ ਪੈਸਾ ਜਿਹੜਾ ਭਲਾਈ ਸਕੀਮ ਲਈ ਆਇਆ ਸੀ, ਸ਼ਡਿਊਲ ਕਾਸਟ ਵੈਲਫੇਅਰ ਫੰਡ ਲਈ, ਬੱਚਿਆਂ ਲਈ ਸਕੀਮ ਦੇ ਵਿੱਚ ਆਇਆ ਸੀ, ਪਹਿਲੀ ਸਰਕਾਰ ਨੇ ਉਸਨੂੰ ਕਿਸੇ ਹੋਰ ਪਾਸੇ ਡਾਈਵਰਟ ਕੀਤਾ ਹੋਇਆ। ਇਸ ਕਰਕੇ ਹਾਲਾਤ ਇਹ ਬਣੇ ਹੋਏ ਹੈ ਕਿ ਲੋਕਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਕਿਸ ਸਕੀਮ ਲਈ ਆਇਆ ਹੋਇਆ, ਕਿਸ ਜਗ੍ਹਾ ਵੱਲ ਨੂੰ ਡਾਈਵਰਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਕੀ ਹੋ ਰਿਹਾ ਕਿ ਬੈਂਕਰਪਸੀ ਵਰਗੀ ਸਿਚੁਏਸ਼ਨ ਬਣੀ ਹੋਈ ਹੈ। ਦੋਨੇ ਸਰਕਾਰਾਂ ਬਹਾਨਾ ਲੱਭਦੀਆਂ, ਖੇਤਰੀ ਸਰਕਾਰ ਆਪਣੇ ਟੈਕਸ ਪ੍ਰਣਾਲੀ ਨੂੰ ਉਸ ਰੂਪ ਚ ਇੰਪਲੀਮੈਂਟ ਨਹੀਂ ਕਰ ਸਕਦੀ, ਉਹ ਬਹਾਨਾ ਲਈ ਕਿ ਸਾਨੂੰ ਕੇਂਦਰ ਤੋਂ ਪੈਸਾ ਨਹੀਂ ਮਿਲ ਰਿਹਾ, ਕੇਂਦਰ ਸਰਕਾਰਾਂ ਕੋਈ ਛੋਟਾ ਮੋਟਾ ਆਪਣਾ ਯੂਟੀਲਾਈਜੇਸ਼ਨ ਦਾ ਬਹਾਨਾ ਲਾ ਕੇ। ਇਹਦੇ ਨਾਲ ਫਰਕ ਕਿਸ ਨੂੰ ਪੈ ਰਿਹਾ ਹੈ? ਫਰਕ ਆਮ ਲੋਕਾਂ ਨੂੰ ਪੈ ਰਿਹਾ ਹੈ, ਜਿਨ੍ਹਾਂ ਦੀ ਜਿਣਸ ਰੁੜ ਰਹੀ ਹੈ, ਜਿਨ੍ਹਾਂ ਵਾਸਤੇ ਇੰਪਲਾਇਮੈਂਟ ਜਨਰੇਟ ਨਹੀਂ ਹੋ ਰਹੀ। ਵਾਲੀਆ ਸਾਹਿਬ, ਸੰਧੂ ਸਾਹਿਬ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਆਮ ਲੋਕਾਂ ਨੂੰ, ਇਹੀ ਤਾਂ ਕਾਰਨ ਹੈ ਕਿ ਆਮ ਲੋਕ ਹੁਣ ਚਿੰਤਤ ਹੋਏ ਨੇ, ਖਾਸ ਤੌਰ ਤੇ ਜਦੋਂ ਦੀ ਇਹ ਖਬਰ ਪੜੀ ਹੈ ਕਿ ਹੁਣ ਪਹਿਲਾਂ ਤਾਂ ਚਲੋ ਕਰਜ਼ਾ ਲੈ ਕੇ ਸਰਕਾਰ ਚੱਲਦੀ ਸੀ, ਮਾੜਾ ਮੋਟੇ ਕੰਮ ਚੱਲਦੇ ਸੀ, ਹੁਣ ਤਾਂ ਜਿੰਨਾ ਕਿ 21,000 ਕਰੋੜ ਚ ਤਾਂ ਕਰਜ਼ਾ ਵਾਪਸ ਵੀ ਕਰਨਾ ਹੈ, ਕਿੱਥੋਂ ਹੋਊਗਾ? ਤੇ ਡਿਵੈਲਪਮੈਂਟ ਦੀਆਂ ਸਕੀਮਾਂ ਜਿਹਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਆਪਾਂ ਵਿਕਾਸ ਕਰਨਾ, ਤੇ ਫਿਰ ਇਹ ਗੱਲਾਂ ਸਿਰਫ ਉਹੀ ਰਹਿ ਜਾਣਗੀਆਂ ਕਿ ਅਸੀਂ ਤਾਂ ਹੁਣ ਜਿਹਨਾਂ ਨੇ ਸਵਾਲਕ ਦੀਆਂ ਪਹਾੜੀਆਂ ਚ ਜਾ ਕੇ ਫਿਰ ਉੱਥੋਂ ਪੈਸਾ ਚੱਕ ਕੇ ਲਿਆਉਣਾ, ਇਕੱਲਾ ਉਹੀ ਰਹਿ ਜਾਊਗਾ ਜਾਂ ਹੋਰ ਵੀ ਕੁਛ ਹੋਊਗਾ? ਬਹੁਤ ਸਾਰੇ ਸਵਾਲ ਨੇ। ਡਾਕਟਰ ਬਰਾੜ, ਰਜਿੰਦਰਪਾਲ ਬਰਾੜ ਜੀ। ਹਾਂਜੀ, ਦੇਖੋ ਅਸਲ ਦੇ ਵਿੱਚ ਤਾਂ ਮੈਂ ਆਪਣੇ ਕੋ ਪੈਨਲਿਸਟਾਂ ਨਾਲ ਬਿਲਕੁਲ ਸਹਿਮਤ ਹਾਂ। ਬੁਨਿਆਦੀ ਤੌਰ ਤੇ ਗੱਲ ਇਹ ਆ ਕਿ ਇਹ ਜਿਹੜੀ ਸਮੱਸਿਆ ਹੈਗੀ ਆ, ਇਹ ਪੋਲੀਟੀਕਲ ਇਕਨੋਮੀ ਦੀ ਸਮੱਸਿਆ, ਕੇਂਦਰ ਰਾਜ ਸੰਬੰਧਾਂ ਦੀ ਸਮੱਸਿਆ, ਦੋਵੇਂ ਧਿਰਾਂ ਦੇ ਵਿੱਚੋਂ ਅਸੀਂ ਕਿਸੇ ਇੱਕ ਨੂੰ ਦੋਸ਼ੀ ਟਿੱਕਣ ਦੀ ਬਜਾਏ ਇਸ ਸਮੱਸਿਆ ਨੂੰ ਇਸ ਢੰਗ ਨਾਲ ਸਮਝੀਏ ਕਿ ਅਸਲ ਵਿੱਚ ਦੋਵੇਂ ਧਿਰਾਂ ਹੀ ਦੋਸ਼ੀ, ਇੱਕ ਧਿਰ ਨਹੀਂ ਆ, ਦੋਵੇਂ ਧਿਰਾਂ ਹੀ ਦੋਸ਼ੀ ਆ। ਉਸ ਵਿੱਚ ਜਿਹੜੀ ਬੁਨਿਆਦੀ ਗੱਲ ਹੈਗੀ ਆ ਕਿ ਜਿਹੜੀ ਕੇਂਦਰ ਸਰਕਾਰ ਆ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਸਮੇਂ ਜਿਹੜੇ ਅਧਿਕਾਰ ਰਾਜਾਂ ਕੋਲ ਸੀ ਉਹ ਤੇਜ਼ੀ ਨਾਲ ਕੇਂਦਰ ਨੇ, ਹਰ ਲਗਭਗ ਸਰਕਾਰ ਨੇ ਹੀ ਆਪਣੇ ਅਧਿਕਾਰ ਹੇਠ ਲੈਂਦੇ ਗਏ। ਉਹ ਚਾਹੇ ਸਿਹਤ ਹੋਵੇ, ਚਾਹੇ ਸਿੱਖਿਆ ਹੋਵੇ, ਕਿ ਜਿਹੜਾ ਕਿਸੇ ਸਮੇਂ ਨਰੋਲ ਯਾਨੀ ਕਿ ਰਾਜਾਂ ਦਾ ਅਧਿਕਾਰ ਸੀਗਾ ਉਹ ਕੇਂਦਰ ਨੇ ਆਪਣੇ ਪੇਟੇ ਪਾ ਲਿਆ। ਕੇਵਲ ਪੇਟੇ ਨਹੀਂ ਪਾ ਲਿਆ, ਸਗੋਂ ਉਸ ਦੀਆਂ ਸਕੀਮਾਂ ਨੂੰ ਗਵਰਨ ਕਰਨ ਲੱਗਿਆ। ਇਸੇ ਤਰ੍ਹਾਂ ਹੀ ਕਿ ਜਿਹੜਾ ਰਾਜ ਕੋਲ ਟੈਕਸ ਇਕੱਠੇ ਕਰਨ ਦੇ ਢੰਗ ਸੀ, ਜਿਸ ਤਰ੍ਹਾਂ ਸੰਧੂ ਸਾਹਿਬ ਨੇ ਵੀ ਆਖਿਆ ਕਿ ਚੁੰਗੀ ਵਗੈਰਾ ਜਾਂ ਹੋਰ ਢੰਗ, ਉਹ ਸਾਰੇ ਹੀ ਜਿਹੜੇ ਟੈਕਸ ਨੇ ਉਹ ਆਪਦੇ ਤੱਕ ਕੇਂਦਰ ਨੇ ਆਪਣੇ ਪੇਟੇ ਪਾ ਲਏ। ਔਰ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਜਦੋਂ ਉਹਨਾਂ ਨੂੰ ਵਾਪਸ ਦੇਣਾ ਤਾਂ ਉਹਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਸ਼ਰਤਾਂ ਲਾਈਆਂ, ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਪਹਿਲਾਂ ਤੋਂ ਇਹ ਕਹਿੰਦੀ ਹੈ ਕਿ ਇਹ ਸਾਡਾ ਪੈਸਾ ਹੈ, ਇਹ ਕਹਿੰਦੀ ਹੈ ਕਿ ਅਸੀਂ ਆਹ ਕਰ ਰਹੇ ਹਾਂ, ਜਦੋਂ ਕਿ ਕੁਝ ਵੀ ਖੁਦ ਨਹੀਂ ਕਰ ਰਹੇ। ਜਿਹੜਾ ਪੈਸਾ ਇਕੱਠਾ ਹੋ ਰਿਹਾ ਉਹ ਕਿੱਥੋਂ ਰਿਹਾ?
पैसा तो आम जनता की जेब चो इकट्ठा हो रहा है, चाहे इनकम टैक्स के रूप दे विच होवे, चाहे जीएसटी के रूप विच होवे, चाहे उस टैक्स के किसी और रूप दे विच होवे, कि आम लोगों का ही जिहड़ा आम लोगों तो ही जिहड़ा पैसा है, तुसी माचिस खरीदन जाओ, तुसी मग मोमबत्ती खरीदन जाओ, बिजली खरीदो, उहदे ते टैक्स लगता है। उहदा टैक्स का पैसा है वह केंद्र सरकार पहला इकट्ठा कर लैंदी है, मुड़ के राज्यां नूं देण समय वह एक एक बहाने बनाउंदी है, ते जिहड़े बहाने आ वह भावां बहाने वेखण नूं जस्टिफाई लगते हैं, बड़े जेन्युइन लगते हैं कि देखो जी तुम्हें इन्ना पैसा दिता थी, सानू उस पैसे का हिसाब दो, जिन्हें कहते हैं यूटिलिटी सर्टिफिकेट, देखो जी असीं तुहानू जिस स्कीम लई पैसा दिता जा रहा उस स्कीम लई ही वरतो, जिवें मैं कह के तुसीं ना ना बदलो कि महला क्लीनिक वगैरह उन्होंने ना ना करो। पहली गल तो यह कि चाहे कोई केंद्र सरकार की स्कीम, चाहे कोई पंजाब सरकार की स्कीम हैगी, उहदे उत्ते किसी व्यक्ति विशेष की तस्वीर लगना ही अपने आप दे विच अपराध है। उत्थे सिर्फ तिरंगा झंडा जां शेर की तस्वीर ही लगनी चाहीदी है, जां भारत का नक्शा जां पंजाब का नक्शा ही होना चाहीदा, होर किसी व्यक्ति विशेष की तस्वीर का कोई अर्थ ही नहीं गा। कि जदों जिहड़ा पैसा है वह तो भारत के नागरिकां ने पैसा दिता, टैक्स के रूप में भारत के नागरिकां ने पैसा दिता, व्यक्ति विशेष की उत्ते तस्वीर क्यों हो गई? तो यह जिहड़ा मसला हैगा यह पोलिटिकल इकोनमी का मसला है, स्टेट के राज्यों के संबंधों का मसला है। हुण साडे सामने अगला मसला यह आता है कि असी इस स्थिति चो निकलीए कि इसनों नजिठीए कि, क्योंकि जिहड़ा केंद्र इहदे लई डिक्टेट करवाना चाह रहा है वह एक उन्हों का पोलिटिकल मुहावरा है कि डबल इंजन की सरकार। डबल इंजन की सरकार का मतलब यह कि जिहड़े राज इत्थे साडी सरकार बनाउणगे उन्हां नूं तां असीं फंड दे दिया करांगे, दूसरों फंड नहीं दिया करें। यह गल इस गल तो भी झलकती है कि जेडे गैर भाजपा सरकार है उन्होंने फंडा से ही अतराज लगाया जा रहा, जिहड़ियां भाजपा दी जिथे सरकार उत्थे फंडा का कोई अतराज नहीं लगाया जा रहा। यह जो डबल इंजन की सरकार के मुहावरे वाला जेड़ा पोलिटिकल वरतांत सिरजिया जा रहा है, मैनू लगता है कि केंद्र के राज संबंधा के लिए यह बहुत ही मारू हैगा, इहदी निखेधी करनी बनती है। दूसरे पास कि जिहड़ी राज सरकार वह किहदा पैसा कादे ते खर्चदी है, देखो जदों तां उहनां दी आपदी मर्जी हुंदी आ, उदों तां कहिंदे कि असीं मुख्यमंत्री चुणन लई भी असीं जनतक ओपीनियन पोल कराउणे, जदों स्कीमां लागू करनियां वह किवें लागू होणियां चाहीदियां, कहिड़ी स्कीम लागू होनी चाहीदी, उह ते किहड़ा पैसा लगना चाहीदा, उहदे विच जनतक भागीदारी कित्थे है, उहदे विच भी जनतक भागीदारी की जरूरत हैगी आ कि जिहड़ियां स्कीमां बनाईआं जाणीआं उह स्कीमां ना केंद्र वल्लों आरोपित होण ना राज सरकारां वल्लों आरोपित होण, सगों जिहड़े लोग टैक्स लैंदे ने उह जिहड़े लोकां दे सिर ते सरकार बैठी आ उहनां आम नागरिकां दीआं इच्छावां दे अनुसार ਉਹ ਸਕੀਮਾਂ ਬਣਨੀਆਂ ਚਾਹੀਦੀਆਂ। ਕੀ ਬਰਾੜ ਸਾਹਿਬ ਕੀ ਜਿਹੜੀ ਇਹ ਟਕਰਾਉ ਦੀ ਸਥਿਤੀ ਹੈ ਜਿਹੜੀ ਆਮ ਆਦਮੀ ਪਾਰਟੀ ਮਾਨ ਸਰਕਾਰ ਤੇ ਕੇਂਦਰ ਸਰਕਾਰ ਦੀ ਜਿਵੇਂ ਕੇਜਰੀਵਾਲ ਵਰਸਸ ਮੋਦੀ ਚੱਲ ਰਿਹਾ ਹੈ ਕੀ ਉਹ ਵੀ ਜ਼ਿੰਮੇਵਾਰ ਹੈ? ਜੇ ਲੋਕਾਂ ਦੀਆਂ ਇਛਾਵਾਂ ਦੀ ਜਿਹੜੀ ਬਰਾੜ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿ ਲੋਕ ਚਾਹੁੰਦੇ ਨੇ ਕਿ ਟਕਰਾਉ 'ਚ ਤੁਸੀਂ ਰਹੋ, ਕੀ ਲੋਕ ਇਸ ਤਰ੍ਹਾਂ ਦੀ ਗੱਲ ਚਾਹੁੰਦੇ ਨੇ ਕਿ ਤੁਸੀਂ ਇਸ ਟਕਰਾਉ 'ਚ ਨੁਕਸਾਨ ਹੋਵੇ? ਬਹੁਤ ਸਾਰੇ ਸਵਾਲ ਨੇ ਹਲੇ ਜਿਹਨਾਂ ਦੇ ਜਵਾਬ ਆਪਾਂ ਨੂੰ ਲੱਭਣ ਦੀ ਲੋੜ ਹੈ ਜਾਂ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਲੱਭੀਏ ਤੇ ਦਰਸ਼ਕਾਂ ਸਾਹਮਣੇ ਰੱਖੀਏ। ਇਹੀ ਕੋਸ਼ਿਸ਼ ਸਾਡੀ ਜਾਰੀ ਰਹੇਗੀ। ਇੱਕ ਬ੍ਰੇਕ ਹੋਰ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਘੁੰਮਣ ਸਾਹਿਬ,
इस डिबेट का यह भी मतलब होंगे कि असि कोई ना कोई सुझाव सरकार देिए जी जी कुमार साहब मेरी आवाज आ रही है जी जी मैं ये कह रहे हैं कि असी ये भी करना चाहते हैं कि कुछ चंगे तर्क चंगे सलाह सरकार तक पहुंचाइए तुसी अर्थशास्त्री हो कोई हल देख रहे हो किवें बचा हो सकता है वित्तीय संकट तो देखो इस तो पहले मैं दो निक्की निक्की गल्लां करनी एक तां जीएसटी तो पहले जिहड़ी चुंगी है ना जीएसटी तो पहले ही माफ हो चुकी सी ते पंजाब सरकार ने उहदा ओह पूरा मुआवजा नहीं दिता दूजी गल जिहड़ी मैं आड़तियां दी कर रहा 40% 40 रुपए प्रति कुंटल कीता हुण आउंदे हल वल दरअसल गल तो यह है कि जिहड़ा मेरे दोनों दोस्तों ने गल कीती है पोलिटिकल इकानमी की और संघी ढांचे की हल तो उसे विच ही है हल संविधानिक ढांचे विच है पर दुखां ते है कि साडियां जिहड़ियां झंडा बरदार पार्टियां सन ऑटोनमी की गल करन वालियां संघी ढांचे वह भी अपने पैर छड गए ने एजेंडा छड गए ने एक तो ये दूजा जिहड़ा जे असीं पंजाब सरकार दे लैवल ते हल करना होए तां पंजाब दा ते यह है कि कोई भी सेंटर नूं इहो जिहा हैंडल ना दिओ जिस करके सेंटर तुहानूं विच्चों फड़ सके पर नाल दी नाल अपनी जिहड़ी ऑटोनमी आ जिन्नी भी हैगी है गिवन सिस्टम च वह बरकरार रखो तीजा है कि तुसीं जिहड़े सरकारी खजाने च पैसे आ सकदे ने होर जिवें कि छेवां फाइनांस कमीशन है जिन्हें म्यूनसिपैलिटी ते अपना पंचायतों नूं फंड्स देने होंदे ने कंस्टीट्यूशनल कमीशन है उन्हें कहा कि 28,500 करोड़ रुपया होर आ सकता उहदे विच अंकड़े दर्ज ने कित्थों कित्थों आ सकदा उह होर लिआउण दी लोड़ है नवां टैक्स लाउण तों बिना सो दूजे तीजा है कि इस तों इलावा पैसे नूं ठीक तरां खर्चो क्योंकि जिहड़ा सरकार दा कंसोलिडेट फंड च पैसा है उह सरकार दा जां एमएलए जां मंत्रियां दा चीफ मिनिस्टर दा नहीं है उह लोकां दा पैसा है सो उस नूं ठीक तरां खर्चो बाकी है कि सेंटर नूं जिहड़ा डेटा है ਉਹ ਠੀਕ ਕਲੈਕਟ ਕਰਕੇ ਭੇਜੋ ਔਰ ਸੈਂਟਰ ਦੇ ਜੋ ਰਿਕੁਆਇਰਮੈਂਟਸ ਆ ਆਰਡੀਐਫ ਦੇ ਬਾਰੇ ਜਾਂ ਹੋਰ ਜਿਵੇਂ ਕੈਪਟਨ ਸਰਕਾਰ ਨੇ ਕੀ ਕੀਤਾ ਕਿ ਆਰਡੀਐਫ ਰਾਹੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਲਿਆ ਠੀਕ ਹੈ ਤੁਸੀਂ ਕਰਜ਼ਾ ਮਾਫ਼ ਕਰੋ ਜਿੱਥੋਂ ਆਪ ਹੋਰ ਸੋਰਸ ਤੋਂ ਕਰੋ ਪਰ ਇਹਨੂੰ ਜੇ ਯੂਟੀਲਾਈਜ਼ ਕਰੋਗੇ ਤੇ ਤੁਹਾਨੂੰ ਯੂਸੀ ਸਰਟੀਫਿਕੇਟ ਦੇਣਾ ਔਖਾ ਹੋ ਜਾਏਗਾ ਇਸ ਤਰ੍ਹਾਂ ਸੰਗਤ ਦਰਸ਼ਨ ਚ ਬਹੁਤ ਪੈਸਾ ਰੋੜਿਆ ਗਿਆ ਸੋ ਮੈਨੂੰ ਲੱਗਦਾ ਕਿ ਇਸ ਕਿਸਮ ਦਾ ਜਿਹੜਾ ਗੁਰੇਜ ਕਰਨਾ ਚਾਹੀਦਾ ਤੇ ਮੈਂ ਇੱਕ ਬੜੀ ਹੋਰ ਜ਼ਿੰਮੇਵਾਰੀ ਨਾਲ ਗੱਲ ਕਰਾਂਗਾ ਕਿ ਜੇ ਸਭ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਕੁਛ ਮੁਫ਼ਤ ਦੇਣਾ ਸ਼ੁਰੂ ਕੀਤਾ ਤਾਂ ਪੰਜਾਬ ਦਾ ਕੁਝ ਨਹੀਂ ਬਣ ਸਕਦਾ ਜਿੱਥੋਂ ਜਿਹੜੇ ਸਾਧਨ ਸੰਪੰਨ ਲੋਕ ਨੇ ਉਹਨਾਂ ਤੋਂ ਸਰਵਿਸ ਜਿਹੜਾ ਫੀ ਹੈ ਯੂਟੀਲਾਈਜੇਸ਼ਨ ਫੀ ਉਹ ਲੈਣੀ ਚਾਹੀਦੀ ਹੈ ਅਦਰਵਾਈਜ਼ ਪੰਜਾਬ ਦਾ ਤੁਹਾਡਾ ਟਰਾਂਸਪੋਰਟ ਸੈਕਟਰ ਡੁੱਬ ਜਾਏਗਾ ਬਿਜਲੀ ਸੈਕਟਰ ਵੀ ਡੁੱਬ ਜਾਏਗਾ ਤੇ ਜਿਸ ਕਿਸਮ ਦਾ ਮੈਂ ਇੱਕ ਸਾਰੇ ਪੰਜਾਬੀਆਂ ਨੂੰ ਤੁਹਾਡੇ ਮਾਧਰਮ ਕਹਿਣਾ ਚਾਹਾਂਗਾ ਕਿ ਸਰਕਾਰਾਂ ਆਪਣੀਆਂ ਵੋਟਾਂ ਲੈਣ ਲਈ ਇਹ ਕੰਮ ਸਾਰੇ ਕਰਦੀਆਂ ਨੇ ਤੇ ਆਪਣੀ ਟਰਮ ਤੱਕ ਸੀਮਤ ਹੈ ਅੱਗੇ ਵੇਖੀ ਜਾਊਗੀ ਅਗਲੀ ਵਾਰੀ ਫਿਰ ਇਲੈਕਸ਼ਨ ਦੇਖੀ ਜਾਊਗੀ ਪੰਜਾਬ ਦੇ ਸਮੁੱਚੇ ਹਿੱਤਾਂ ਦਾ ਕੋਈ ਖਿਆਲ ਨਹੀਂ ਰੱਖ ਰਿਹਾ ਕੇਂਦਰ ਸਰਕਾਰ ਜਿਹੜੀ ਹੈ ਉਹਨੂੰ ਜੇ ਤੁਸੀਂ ਸਾਹਮਣਾ ਕਰਨਾ ਹੈ ਉਹਨੂੰ ਜੇ ਠੀਕ ਕਰਨਾ ਹੈ ਤਾਂ ਸਾਰੀਆਂ ਸਟੇਟਾਂ ਨੂੰ ਇਕੱਠੀਆਂ ਹੋ ਕੇ ਇਸ ਵਿੱਚ ਇੱਕ ਮਤ ਹੋਣਾ ਚਾਹੀਦਾ ਹੈ ਕਿ ਜਿਹੜੇ ਰਾਜਾਂ ਦੇ ਅਧਿਕਾਰ ਨੇ ਉਹਨਾਂ ਨੂੰ ਹੋਰ ਖੋਰਾ ਨਾ ਲਓ ਸਗੋਂ ਨਵੇਂ ਅਧਿਕਾਰ ਦਿਓ ਤੇ ਜਿਹੜਾ ਸਟੇਟ ਆਟੋਨਮੀ ਹੈ ਉਹਨੂੰ ਤਕੜਾ ਕਰੋ ਕਿਉਂਕਿ ਮੈਂ ਬੀਜੇਪੀ ਰੂਲਡ ਸਰਕਾਰਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਅੱਜ ਜੇ ਉੱਥੇ ਬੀਜੇਪੀ ਸਰਕਾਰ ਹੈ ਕੱਲ ਨੂੰ ਕੋਈ ਹੋਰ ਵੀ ਆ ਸਕਦੀ ਹੈ ਇਹ ਲੋਕਾਂ ਦੇ ਮਸਲੇ ਨੇ ਪੋਲੀਟੀਕਲ ਪਾਰਟੀਆਂ ਦੇ ਮਸਲੇ ਨੇ ਤੇ ਵੱਡੇ ਇਸ ਵੱਡੇ ਮਾਹੌਲ ਤੇ ਖੜੇ ਕਰਕੇ ਨਜਿੱਠਣ ਦੀ ਲੋੜ ਹੈ ਨਾ ਕਿ ਜਿਹੜਾ ਅਕਾਲੀ ਵੀ ਆਪਣਾ ਏਜੰਡਾ ਛੱਡ ਗਏ ਕਿ ਅਸੀਂ ਆਟੋਨਮੀ ਵਾਲਾ ਉਹ ਤਾਮਿਲਨਾਡੂ ਵਾਲੇ ਵੀ ਛੱਡ ਗਏ ਹੋਰ ਵੀ ਬਹੁਤ ਸਾਰੇ ਛੱਡ ਗਏ ਨੇ ਤੇ ਇਹ ਹੋਰ ਮਸਲਿਆਂ ਤੇ ਕੇਂਦਰਿਤ ਹੋ ਕੇ ਲੜਾਈ ਲੜੀ ਜਾ ਰਹੀ ਹੈ ਔਰ ਇੱਕ ਮੈਂ ਹੋਰ ਕਹਿਣੀ ਚਾਹਾਂਗਾ ਕਿ ਈਵਨ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਵਿੱਚ ਵੀ ਤੁਸੀਂ ਨੋਟ ਕੀਤਾ ਹੋਏਗਾ ਵਲੀ ਸਾਹਿਬ ਤੁਸੀਂ ਬੜੇ ਨੇੜੇ ਜੁੜੇ ਰਹੇ ਹੋ ਮੇਰੇ ਦੋਸਤ ਵੀ ਜੁੜੇ ਰਹੇ ਨੇ ਉਹਨਾਂ ਵਿੱਚ ਵੀ ਕਿਸੇ ਪੋਲੀਟੀਕਲ ਪਾਰਟੀ ਨੇ ਜਿਹੜਾ ਆਟੋਨਮੀ ਦਾ ਇਸ਼ੂ ਸਟੇਟ ਆਟੋਨਮੀ ਦਾ ਇਸ਼ੂ ਨਹੀਂ ਬਣਾਇਆ ਇਹ ਕਿਹਾ ਕਿ ਰੱਦ ਕਰੋ ਜਾਂ ਫਲਾਣਾ ਕਰੋ ਵੋਟਾਂ ਖਾਤਰ ਪਰ ਆਟੋਨਮੀ ਦਾ ਇਸ਼ੂ ਨਹੀਂ ਬਣਾਇਆ ਜਿੰਨੀ ਦੇਰ ਤੱਕ ਸਟੇਟ ਆਟੋਨਮੀ ਦਾ ਇਸ਼ੂ ਮੁੜ ਡਿਬੇਟ ਚ ਨਹੀਂ ਆਉਂਦਾ ਪਬਲਿਕ ਡਿਸਕੋਰਸ ਨਹੀਂ ਆਉਂਦਾ ਤੇ ਉਹਨੂੰ ਲੌਜੀਕਲ ਕੰਕਲੂਜਨ ਤੱਕ ਲੈ ਕੇ ਨਹੀਂ ਜਾਂਦੇ ਉਨੀ ਦੇਰ ਤੱਕ ਇਹਦਾ ਹੱਲ ਜਿਹੜਾ ਉਹ ਨਹੀਂ ਹੋਣਾ ਬਿਲਕੁਲ ਜੇ ਘੁੰਮਣ ਸਾਹਿਬ ਜਿਹੜੀ ਅੱਜ ਕੱਲ ਪੰਜਾਬ ਸਰਕਾਰ ਦਾ ਜਹਾਜ਼ ਕੇਜਰੀਵਾਲ ਤੇ ਮਾਨ ਸਾਹਿਬ ਇਕੱਲੇ ਇਕੱਲੇ ਜਿਹੜੇ ਚੀਫ ਮਿਨਿਸਟਰ ਨੂੰ ਮਿਲ ਰਹੇ ਨੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਬਹੁਤ ਸਾਰਾ ਰਿਸਪੋਂਸ ਵੀ ਮਿਲਿਆ ਉਹਨਾਂ ਨੂੰ
शुरू किया नीतीश कुमार तो उदू बाद देख लो ममता बैनर्जी उद्धव ठाकरे स्टालन मतलब मेरा ख्याल आलमोस्ट सारे ही के सी राव जो तेलंगाना वाले ते कल फिर रांची भी पिछले दिन ही उतों भी हेमंत सोरेन ने भी उन्होंने सपोर्ट दी सारे ने दी ये सपोर्ट कली ऑर्डिनेंस या दिल्ली लई ना हो इस किस्म के लिए भी हो जो विरोधी धरां ते उत्थे किते भी स्टेट अटोनमी की गल नहीं ते जे दिल्ली दी कल्ले दी अटोनमी की गल है उत्थे सारी स्टेट दे अटोनमी की गल की जा सकती है कुमर साहब तुहाडा जिहड़ा इस सुझाव काफी है कि जिन्ना चिर ये जिहड़ा है खुद मुख्तियारी राजां नूं थोड़ी नहीं ज्यादा मिलती उन्ना चिर भी इस तरह का हल नहीं नजर आता। एक होर भी गल है कि जिहड़ा असीं कही जाने टकराव की लोड बेवजह टकरा की लोड़ नहीं सतनाम सिंह संधु साहब किवें देखते हो दे हाल वालिया साहब ये मसला दो तरीके नाल देखा जा सकता है। पहला ये है कि पंजाब घट्टो घट 25 साल की कंप्रीहेंसिव इकोनॉमिक रोडमैप बनाने की जरूरत है। साढ़े इसकी कमी होने करके असी सैक्टर वाइज स्पैसीफाइड नहीं कर सके कि आने वाले 25 सालों के साड़िया देनदारियां किनिया तो लैनदारियां किनिया होस हैड के कि पैसा रखा जाऊगा नंबर एक। नंबर दो है कि बहुत सारिया स्कीमें साड़िया जीडिया नॉन प्रोडक्टिव इनवैसटमेंट जिन्होंने कहा जाता है जिमें बिजली के बिल माफ करने जां बसां दा सफर फ्री करना साइकिल मुफ्त देने किसी नूं मोबाइल मुफ्त देने जां होर बहुत सारिया स्कीमां इस किस्म दियां चलाईयां जा रही हैं जदों कि होना यह चाहिए कि इन्हां सारियां दी बजाए इस किस्म दा इंफ्रास्ट्रक्चर क्रिएट किया जाए कि लोगों नूं खरात देने की थां ते इंप्लॉयमेंट दिती जाए ताकि लोग है जिहड़े उन्हां दी जेब दे विच इज्जत नाल पैसा आवे उन्हां दी जेब दे विच जाण वाला पैसा किसी विशेष राजनीतिक दल की खरात ना लगे। साढ़े जिहड़े डिफरेंट स्टेट के इकोनोमिस्ट है लंबे समय तो भावें इस पासे काम करते रहे हैं पर मैनू लगता है हले भी साड़ी जिहड़ी कंप्रीहेंसिव इकोनॉमिक प्लैनिंग है स्टेट की वह बिल्कुल क्रिस्टल क्लीयर नहीं है। साढ़े शायद ही कोई इकोनोमिस्ट इस किस्म की गल दस सके कि साड़ियां सरकारां ने अक्रॉस द ग्रुप अक्रॉस द पोलीटिकल पार्टीज कोई इस किस्म का रोड मैप बनाया है कि जे पंजाब इस लाइन के उपर चलूगा तो वह इन्ने चिर करजा माफ हो सकता है। दूसरी गल जिहदा वार वार असीं जिक्र कर रहे हैं स्टेट अटोनमी की बदकिस्मती यह है कि एक समय से पंजाब दे विच स्टेट अटोनमी वास्ते पंजाब लंबरदार बन के अकाली दल नूं अगे ला के चलिया सी पर अनफॉर्चुनेटली केंद्र सरकार जिहड़ी उस समय दी सी उन्होंने इसनूं इस तरीके नाल सबोताज किया कि बहुत हद तक स्टेट अटोनमी मतलब एंटी नेशन बना के खालिस्तान की मूवमेंट वर्गी चीज आके पेश करना शुरू कर दिता। जो कोई स्टेट वधिकारां दी गल करदी है तां इहदा मतलब वह सैपरेशन नहीं मंगदी इहदा मतलब यह है कि वह देखना चाहती है कि उसनू अपने राज नू गवर्न करन वास्ते अपनी राज दी इंडस्ट्री नू बचाउण वास्ते किन्ना किन्ना चीजां दी जरूरत पैनी है ते उहनां नू उह किवें हैंडल कर सकती है। असीं सिर्फ जे गल्लां करांगे साढ़े 50 किलोमीटर तक का एरिया केंद्र ने इनडायरैक्टली अपने हाथ च लै लिया साड़ी एक वाइस चांसलर लाउण तक की जिहड़ी स्टेट की पॉलिसी हुंदी है गवर्नर करते हैं साडा सैशन जिहड़ा चुनी हुई सरकार सदन वेले तक स्टेट का गवर्नर है वह बहुत सारिया उस ते होर किस्म दियां गल्लां करदे गल करते करते अगे नूं जाण दी बजाय चार पंज कदम पिछे नूं आ गए हैं
सानू साडी राजधानी नहीं मिली जिसका वादा किया सी, सानू पंजाबी बोलते इलाके नहीं मिले, स्टेट का जिहड़ा होर इंडिपेंडेंट लैवल ते फैसले लैन वालियां चीजां नहीं मिलियां। इसे तरीके नाल जिहड़े साडे आर्थिक पैकेज सी जां बनदा किसे राज दा हक हुंदा है, वह भी नहीं मिल रहा। मैनू यह लगता है कि इस सारे नूं पोलीटिकली सबोताज करन वास्ते सारियां पार्टियां नूं इक साइड ते धक्किया जा रहा है। उसे इकनोमिक एजेंडे दे तहत धक्के नाल केंद्रीय यूनिवर्सिटियां बनाईया जा रही है, कोशिशें की जा रही है कि स्टेट जी एजुकेशन है उन्होंने भी किसी ना किसी तरीके नाल अपने हाथ च लिया जाए। इस करके जी न्यू एजुकेशन पॉलिसी है, कल इस किस्म की न्यू इकोनॉमिक पॉलिसी भी आऊगी जिसे शायद यह भी कहा जाए कि हम स्टेट का बजट है जोड़ा वह केंद्र वालों बन के आया करूगा। मैं ये लगता है कि आने वाले समय के शायद जी अज के टॉपिक नाकाबंदी की गल की है, ये नाकाबंदी होर भी सख्त होगी, ते होर भी जिहड़ियां स्टेटां उन्हां दा गल कुट्टिया जाऊगा। तो हो सकदा है जिहदे वल इशारे भी हो रहे हैं कि सीधी वोटिंग भी करनी शुरू कर देण, जिहदे बारे पिछे इशारे होए सी कि असीं राज ते केंद्र दीआं जिहड़ियां वोटां इक्को समें पवाया करांगे ताकि पूरी ताकत है जिहड़ी उहदी कंसोलीडेशन कीती जा सके। वालिया साहब जी जी जिथे तक तुसीं इह गल कर रहे हो तो दूजे पासे जिहड़ी घुम्मण साहब ने ते तुसीं भी फ्री वीज की गल कीती है जिहनूं मोदी साहब मुफ्त दिया रेवड़ियां कहने, वह तो कांग्रेस पार्टी भी है। कर्नाटक च देखो की गरंटियां दित्तियां ने राहुल गांधी ने, यह तो सारिया पार्टियां ही कर रही ने। खैर लास्ट दे विच रजिंद्रपाल बराड़ साहब, देखो गल कितें बहुत ही साइडलाइन ना चली जावे पर मैं ना फ्री बीज बारे जरूर कमेंट करना चाहना है कि फ्री बीज की चीज आ। ਜਿਹੜੇ ਮੋਦੀ ਸਾਹਿਬ ਖੁਦ ਰਿਓੜੀਆਂ ਕਹਿੰਦੇ ਆ, ਖੁਦ ਵੀ ਉਹ ਆਪਣੇ ਸ਼ਾਸਿਤ ਰਾਜਾਂ ਵਿੱਚ ਤੇ ਕੇਂਦਰ ਵੱਲੋਂ ਵੀ ਕੀ ਵੰਡਦੇ ਨੇ, ਇਸ ਗੱਲ ਨੂੰ ਆਪਾਂ ਛੱਡੀਏ। ਅਸਲ ਦੇ ਵਿੱਚ ਤਾਂ ਕੀ ਆ ਕਿ ਕਿਸੇ ਇਲਾਕੇ ਦੇ ਵਿੱਚ ਉਸ ਦੀ ਆਰਥਿਕ ਗਰੋਥ ਕਿਹਨਾਂ ਦਿਸ਼ਾਵਾਂ ਵੱਲ ਹੋਣੀ ਚਾਹੀਦੀ ਹੈ, ਇਹਦਾ ਫੈਸਲਾ ਉਸ ਖਿੱਤੇ ਦੇ ਉਸ ਰਾਜ ਦੇ ਲੋਕਾਂ ਨੂੰ ਕਰਨ ਦਾ ਅਧਿਕਾਰ ਹੋਣਾ ਚਾਹੀਦਾ, ਨਾ ਕਿ ਕੇਂਦਰ ਕਰੇ। ਹੁਣ ਦੀ ਸਥਿਤੀ ਦੇ ਵਿੱਚ ਕੀ ਆ ਕਿ ਕੇਂਦਰ ਆ ਜਿਹੜਾ ਉਹ ਉਹਨਾਂ ਰਾਜਾਂ ਪ੍ਰਤੀ ਦਵੇਸ਼ ਦੀ ਭਾਵਨਾ ਰੱਖਦਾ ਜਿਹੜੇ ਪੋਲੀਟੀਕਲੀ ਉਸ ਨਾਲ ਨਹੀਂ ਚੱਲਦੇ, ਤੇ ਜਿਹੜੀ ਮੌਜੂਦਾ ਨਾਕਾਬੰਦੀ ਹੋ ਰਹੀ ਆ ਇਹਦਾ ਪਿਛੋਕੜ ਕਿਤੇ ਇੱਥੇ ਪੰਜਾਬ ਵਿੱਚ ਲਗਾਤਾਰ ਕੇਂਦਰ ਦੇ ਉਲਟ ਪਾਰਟੀਆਂ ਦਾ ਰਹਿਣਾ ਹੈ ਕਿ ਜੇ ਉੱਥੇ ਕਾਂਗਰਸ ਪਾਰਟੀ ਦਾ ਰਾਜ ਆ ਤਾਂ ਇੱਥੇ ਮੰਗ ਕੇ ਅਕਾਲੀ ਦਲ ਦਾ ਰਾਜ ਆ, ਜੇ ਉੱਥੇ ਮੰਗ ਕੇ ਭਾਜਪਾ ਦਾ ਰਾਜ ਆ ਤਾਂ ਇੱਥੇ ਆਮ ਆਦਮੀ ਪਾਰਟੀ ਦਾ ਰਾਜ ਆ। ਇੱਕ ਤਾਂ ਇਸ ਗੱਲ ਨੂੰ ਉਹ ਸਬਕ ਸਿਖਾਉਣਾ ਚਾਹੁੰਦੇ ਆ, ਦੂਸਰਾ ਇਹ ਕਿ ਜਿਹੜੀਆਂ ਇਸ ਖਿੱਤੇ ਦੇ ਵਿੱਚੋਂ ਦੇਸ਼ ਦੀ ਆਰਥਿਕਤਾ ਨੂੰ ਦੇਸ਼ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਅੰਦੋਲਨ ਚੱਲਦੇ ਆ, ਚਾਹੇ ਉਹ ਕਿਸਾਨ ਅੰਦੋਲਨ ਹੋਵੇ ਤੇ ਚਾਹੇ ਕੋਈ ਹੋਰ ਅੰਦੋਲਨ ਹੋਵੇ। ਹੁਣ ਜਿਹੜਾ ਪਹਿਲਵਾਨਾਂ ਦਾ ਅੰਦੋਲਨ ਆ ਉਹ ਕੋਈ ਸਿਆਸੀ ਅੰਦੋਲਨ ਤਾਂ ਨਹੀਂ ਆ, ਪਰ ਪੰਜਾਬ ਦੀ ਜਿਹੜੀ ਉੱਥੇ ਭਾਗੇਦਾਰੀ ਆ ਉਹ ਆ ਕਿ ਹੱਕ ਸੱਚ ਨਿਆਂ ਨਾਲ ਖੜਨ ਦੀ। ਇਸ ਗੱਲ ਦੇ ਲਈ ਇਹ ਕਿ ਭਾਜਪਾ ਜਿਹੜੀ ਜਾਂ ਕੇਂਦਰ ਦੇ ਵਿੱਚ ਜਿਹੜੀ ਵੀ ਸੱਤਾ ਦੇ ਵਿੱਚ ਸਰਕਾਰ ਹੋਵੇ ਉਹ ਪੰਜਾਬ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ, ਉਸ ਸਬਕ ਦੇ ਸਿੱਟੇ ਵਜੋਂ ਇਹ ਬਹਾਨੇ ਬਣਾ ਬਣਾ ਕੇ ਪਹਿਲਾਂ ਤਾਂ ਇਹਦੇ ਅਧਿਕਾਰ ਖੋਏ ਜਾਂਦੇ, ਪੈਸੇ ਆਪਦੇ ਹੱਥ ਵਿੱਚ ਕੀਤੇ ਜਾਂਦੇ, ਮੁੜ ਕੇ ਉਹ ਪੈਸੇ ਵੰਡਣ ਲੱਗਿਆਂ ਨਜਾਇਜ਼ ਕਿਸਮ ਦੀਆਂ ਸ਼ਰਤਾਂ ਆਰੋਪਿਤ ਕੀਤੀਆਂ ਜਾਂਦੀਆਂ। ਕਿਸੇ ਵੀ ਰਾਜ ਦੇ ਖਿੱਤੇ ਨੂੰ ਆਪਣੇ ਸਕੀਮਾਂ ਬਣਾਉਣ ਦਾ ਆਪਣੇ ਢੰਗ ਨਾਲ ਉਸ ਪੈਸੇ ਨੂੰ ਵਰਤਣ ਦਾ ਅਧਿਕਾਰ ਹੋਣਾ ਚਾਹੀਦਾ, ਨਾ ਕਿ ਇੱਥੇ ਕੇਂਦਰ ਦੀ ਜਿਹਨੂੰ ਕਹਿੰਦੇ ਆ ਕਿ ਨੰਬਰਦਾਰੀ ਚੱਲਣੀ ਚਾਹੀਦੀ ਆ, ਉਹਦੀ ਬਸਤੀਵਾਦੀ ਹਕੂਮਤ ਚੱਲਣੀ ਚਾਹੀਦੀ। ਦੂਜੇ ਪਾਸੇ ਜਿਹੜੀਆਂ ਰਾਜਾਂ ਦੇ ਵਿੱਚ ਸਰਕਾਰਾਂ ਚੱਲ ਰਹੀਆਂ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਉਹ ਅਜਿਹੀਆਂ ਸਕੀਮਾਂ ਨਾ ਬਣਾਉਣ ਕਿ ਜਿਹੜੀਆਂ ਤੱਟ ਫੱਟ ਉਹਨਾਂ ਨੂੰ ਸਿਆਸੀ ਫਾਇਦਾ ਤਾਂ ਦਿੰਦੀਆਂ ਹੋਣ ਪਰ ਲੰਮੇ ਸਮੇਂ ਦੇ ਵਿੱਚ ਉਹ ਉਸ ਰਾਜ ਦਾ ਹੀ ਘਾਣ ਕਰਦੀਆਂ ਹੋਣ। ਮੰਨ ਲਓ ਬੱਸ ਦੇ ਵਿੱਚ ਔਰਤਾਂ ਨੂੰ ਮੁਫ਼ਤ ਦੀ ਸੁਵਿਧਾ ਹੈ, ਉਹਦੇ ਉਲਟ ਚਾਹੀਦਾ ਤਾਂ ਇਹ ਸੀਗਾ ਕਿ ਔਰਤਾਂ ਨੂੰ ਹੀ ਕਿਉਂ ਸਾਰੇ ਜਿਹੜਾ ਟਿਕਟ ਹੈਗੀ ਆ ਉਹ ਅੱਧੇ ਪੈਸਿਆਂ ਦੀ ਕਰ ਦਿੰਦੇ, ਤਾਂ ਤੁਸੀਂ ਦੇਖੋ ਕਿ ਪ੍ਰਾਈਵੇਟ ਬੱਸ ਦੇ ਵਿੱਚ ਚੜ੍ਹਦਾ ਕੌਣ, ਹਰੇਕ ਬੰਦਾ ਜਿਹੜਾ ਉਹ ਸਰਕਾਰੀ ਬੱਸ ਦੇ ਵਿੱਚ ਚੜ੍ਹਦਾ। ਸਰਕਾਰੀ ਬੱਸ ਦੀ ਜਿਹੜੀ ਜਿਹਨੂੰ ਕਹਿ ਸਕਦੇ ਹਾਂ ਰੈਵਨਿਊ ਜਨਰੇਸ਼ਨ ਡਬਲ ਹੋ ਜਾਣੀ ਸੀਗੀ ਕਿਉਂਕਿ ਉਹਨਾਂ ਕੋਲੋਂ ਸਵਾਰੀਆਂ ਸਾਂਭੀਆਂ ਨਹੀਂ ਜਾਣੀਆਂ ਸੀਗੀਆਂ। ਤੇ ਦੂਸਰੇ ਪਾਸੇ ਇਹ ਕਿ ਹਰ ਘਰ ਦੇ ਵਿੱਚ ਮਰਦ ਵੀ ਬਾਹਰ ਜਾਂਦਾ ਔਰਤ ਵੀ ਬਾਹਰ ਜਾਂਦੀ ਹੈ,
जो मर्द है चाहे वह पैसे खर्चे चाहे पैसे खर्चे पैसे तो उन्होंने अद्धे खर्चे जाने से इस तरह जिहड़ियां फ्री पीस कहने जिन्हों आप असल जिहड़ियां नागरिक सुविधाव सारे ही राज इतों तक यूरोप के भी ये नागरिक सुविधाव दित्तियां जांदियां पर नागरिक सुविधाव देना भी जिहड़ा हैगा वह ठीक ढंग नाल देनियां चाहीदियां ते केंद्र सरकार का जिहड़ा ये अड़ियल रवैया उहदे खिलाफ मैं कि कल्ले एक राज नूं ही नहीं सारे राज्यां नूं लड़न की जरूरत है। बिल्कुल बराड़ साहब जिहड़ी गल कीती है पर किते ना किते गल ये जरूर निकलती है कि डबल इंजन की सरकार कह के जिहड़ा है स्पष्ट कर दिता जाता है कि उन्होंने इन्ना सीधा सीधा स्पष्ट गल कि जे डबल इंजन की सरकार है तो थोनू कोई तकलीफ नहीं तो थोड़ा विकास हो थोड़िया शर्त थोड़े जेडे जरूरत पूरी हो मतलब बड़ा स्पष्ट। दूजी गल जिथे टकराव होएगा जब विरोधी तरह की गल जिमें शुरू ची आप देखा केरल हिमाचल और पंजाब ये तिना से कटौती लगी है तो तिना च सरकार जड़िया ने गैर भाजपाई ने सो यह भी कित गल नजर आती है। पर प्यारे दर्शकों एक गल अज की डिबेट च भी थोड़े सामने आई है कि संकेत जरूर ये हो रहे ने कि संकट गहराया जा रहा है और ये जरा गहरा हो रहा संकट है डूंगा हो रहा संकट है ये तो किमें बचा जाए ये काफ़ी बहस की डिबेट की नैशनल लैवल घट्टो घट स्टेट लैवल जो पंजाब को बचाने की जरूरत है। अज असी शुरुआत की है आने वाले टाइम ची होर भी इस तरह दल कल कल पॉइंट से आप करा लेकिन ओवरऑल थानू किस तरह लगे मैं थोड़े हंगारे की उड़ीक रहेगी हूँ आप करिए धन्यवाद डॉक्टर रजीत सिंह घुमर साहब डॉक्टर सतनाम सिंह संधु जी डॉक्टर जिंदरपाल बराड़ थोड़ा सब का बहुत बहुत धन्यवाद तुसी आए तो अपनी गल साडे दर्शकों सामने रखी। प्यारे दर्शकों कल सवेरे 8:40 खबर ते नज़र रजिंदर वालिया शो तो कल शाम को 5:30 बजे चर्चा प्रोग्राम फिर मिलेंगे। बहुत बहुत शुक्रिया। चर्चा